ਸਵਾਲ ਰੱਖੋ ਕੇ ਲੈ ਆਇਆ। ਉਹਨੇ ਸਿਰਫ ਮੈਨੂੰ ਬਹਿਣ ਦੀ ਗਾਲ ਕੱਢੀ। ਉਹ ਮੈਂ ਕਿਹਾ ਗਾਲ ਕੱਢੀ ਤੇ ਮੁਆਵਜ਼ਾ ਦੇ। ਅੱਛਾ ਉਹ ਫਿਰ ਮੈਂ ਪਾਲਕ ਬਦਤਮੀਜ਼ੀ ਕੀਤੀ ਤੇ ਮੈਂ ਗੋਗਲ ਪੁੱਟ ਰਿਹਾ ਤੇ ਕਿਹੜੀ ਬੁਰਾਈ ਹੈ ਬਾ। ਉਹ ਖੋਤੀ ਦਾ ਬੱਚਾ ਚੌਧਰੀ ਚੌਧਰੀ ਖੋਤੀ ਦਾ ਬੱਚਾ ਉਸ ਮੇਰੇ ਨਾਲ ਪਹਿਲੇ ਬਦਤਮੀਜ਼ੀ ਕੀਤੀ ਹੈ ਤਾਂ ਮੈਂ ਤਾਂ ਗੋਂਗਲੂ ਖੋਇਆ। ਮੈਂ ਪਾਗਲ ਹਾਂ। ਚੁੱਪ ਕਰ ਲਾ, ਵੇਖ ਲਾ ਵੇਖ ਲਾ। ਓਏ ਤੇਰੀ ਔਲਾਦ, ਆਹੋ ਔਲਾਦ ਤੇ ਮੇਰੀ ਹੈ। ਔਲਾਦ ਤੇ ਤੇਰੀ ਹੈ। ਉਹ ਕਦੋਂ ਬੁਲਾਈ ਤੁਹਾਨੂੰ? ਓਏ ਬਾਹਰ ਗੱਲ ਨਾ, ਤੁਹਾਨੂੰ ਮਾਰੀ ਜਾਣਾ ਜਾਂ ਫਿਰ ਪੜਾਉਣਾ ਸੀ ਤੇ ਅਸੀਂ ਕਿਤੇ ਨੌਕਰੀ ਕਰਦੇ ਤੇ ਅਸੀਂ ਕਿਤੇ ਤਨਖਾਹ ਲੈਂਦੇ ਤਾਂ ਸਾਡੇ ਘਰ ਗੁੱਸਾ ਵੀ ਬਕਦੇ। ਚੁੱਪ ਕਰਕੇ ਬੈਠ ਜਾ। ਤੇਰਾ ਬੇੜਾ ਬੈਠ ਜਾ। ਤੇਰੇ ਘਰ ਆਲੂ ਹੀ ਇੰਨੇ ਆ ਗਏ ਨੇ, ਤੈਨੂੰ ਗੱਠਾ ਯਾਦ ਹੋਣਾ ਤੇਰੇ ਸਹਿਨੇ ਤੇ ਵੀ 6 ਦਿਨ ਪਕੜੇ। ਹਾਂ ਆਂਡੀ ਪਕਾਵਾ ਸੁਥਰੀ। ਵੇਖੇ ਇੰਜ ਕੋਈ ਔਲਾਦ ਕਮਾਂਦੀ? ਮੈਂ ਕਿਹਨੇ ਚੁੱਪ ਕਰਕੇ ਖੜੋ ਜਾ ਇੱਥੇ। ਚੱਲਾ ਜਾ ਜਾ ਤਫਾ ਹੋ ਜਾ ਅੰਦਰ। ਰਾਮ ਨਾਲ ਗੱਲ ਕਰ, ਖਾਵਾਂ ਦੇ ਤੂੰ ਖਾਵਾਂ ਦੀ ਰਹਿ ਸਬਜਾ। ਲਾ ਜੰਮੀ ਫੇਰਦੀ ਇਹਨੇ ਕੁਛ ਜੰਮੀ ਫੇਰਦੀ ਹੈ। ਤੇਰੀ ਵਜ੍ਹਾ ਦੇ ਨਾਲ ਪੂਰੇ ਮੱਲੇ 'ਚ ਸ਼ਰਮਿੰਦਾ ਫਿਰਦਾ ਮੈਂ। ਤੇ ਮੈਂ ਨਹੀਂ ਆਪਣੇ ਯਾਰਾਂ ਦੋਸਤਾਂ ਨੂੰ ਸ਼ਰਮਿੰਦਾ? ਤੂੰ ਕੀ ਸ਼ਰਮਿੰਦਾ? ਸਾਰਿਆਂ ਦੇ ਪਿਓ ਮਰ ਗਏ ਨੇ, ਤੂੰ ਜੀ ਉਹਨਾਂ। ਅੱਲਾ ਜਾਣੇ ਸਾਡੇ ਘਰ ਕਦੋਂ ਤੰਬੂ ਲੱਗਣੇ। 32 ਸਾਲ ਉਮਰ ਹੋ ਗਈ ਏ, ਕਟਿਆ ਫਰੂਟ ਵੇਖਿਆ ਵੀ ਨਹੀਂ। ਦੱਸ ਦੀ ਲੰਘ ਪਿੰਡ ਤੇ ਦੋ ਫਾੜੀਆਂ ਦੀ ਖਾਤਰ ਪਿਓ ਮਾਰਨ ਤੁਰਿਆ ਤੂੰ? ਦੋ ਫਾੜੀਆਂ ਦਾ ਤੇ ਰੌਲਾ ਹੁੰਦਾ? ਚਪਲਾ ਜਿਹਾ ਕਹਿ ਮੇਰੀ ਤੌਬਾ। ਕਹਿ ਮੇਰੀ ਤੌਬਾ। ਅੱਲਾ ਸੁਣ ਲੈ, ਸੁਣ ਰਿਹਾ ਅੱਲਾ? ਮੇਰੇ ਪਿਓ ਦੀ ਵੀ ਤੌਬਾ। ਇਹ ਤੇਰੀ ਜ਼ਾਤੀ ਜ਼ਿੰਮੇਦਾਰੀ ਮੇਰੇ ਤੇ ਨਾ ਪਾ, ਮੈਂ ਤੈਨੂੰ ਦੱਸ ਦੇ। ਕੰਨ ਫੜਨੇ ਸੀ, ਕੰਨ ਫੜ ਲਾ। ਮੈਂ ਕਹਿੰਦਾ ਕੰਨ ਫੜ ਲਾ, ਜਦੋਂ ਤੱਕ ਮੈਂ ਕਹਾਂ ਕੰਨ ਨਹੀਂ ਛੱਡਨੇ ਅੱਜ ਤੂੰ। ਬਾ ਕੰਨ ਫੜਿਆ ਬੰਦਾ ਬੈੜਾ ਲੱਗਦਾ ਹੈ। ਕਿਉਂ ਬੈੜਾ ਲੱਗਦਾ? ਆ ਮੂੰਹ ਤੱਲੇ ਹੁੰਦਾ। ਕੰਨ ਫੜ ਲਈ ਸਕੂਲੇ ਮੈਂ ਤੁਹਾਨੂੰ ਪੜਾਇਆ ਲਿਖਾਇਆ। ਸਾਡੇ 4 ਹੋ ਗਏ ਆ ਮੰਦਲੀ। ਹਾਂ ਔਰ ਰੁਪਈਆ 200 ਨਹੀਂ ਆਇਆ। ਇਹ ਕੌਣੀ? ਕੰਨ ਫੜ ਲੈ। ਚੌਧਰੀ ਤੇਰਾ 200 ਰੁਪਈਆ ਦੇਣਾ ਨਾ। ਇਹ ਕੌਣੀ? ਇਹਨੇ ਪੁੱਟੇ ਤੇ ਮੈਂ ਇਹਦੇ ਕੰਨ ਫੜ। ਅਸੀਂ 200 ਤੇਰੇ ਕੋਲੋਂ ਲੈਣਾ, ਕੰਨ ਤੂੰ ਫੜ। ਨਹੀਂ ਮੁੱਦਾ, ਮੈਂ ਤੈਨੂੰ ਗੋਲੀ ਨਹੀਂ ਮਾਰਨੀ ਹੈ, ਕਿੱਲ ਮਾਰਨਾ ਤੈਨੂੰ। ਚੌਧਰੀ ਉਹਨੇ ਆ ਮੈਂ ਤਾਂ ਜਿਸ ਵੀ ਫੜੇ ਨੇ ਤੂੰ ਪੁੱਕਾ, ਤੂੰ ਕੰਨ ਫੜ ਬਾ, ਛੱਡ ਤੂੰ। ਕੰਨ ਮੈਂ ਤੂੰ ਛੱਡ ਦੇ ਜਾ, ਤੂੰ ਦੁਬਾਰਾ ਫੁੱਟ ਜਾ ਕੇ। ਹੈ ਤੂੰ ਨਹੀਂ ਛੱਡਨੇ ਕੰਨ। ਹਾਂ ਚੌਧਰੀ ਆਖੇ ਦੇ ਉੱਤੇ ਨਾ ਬਹਿ ਜਾਵਾਂ। ਆਓ ਪਿੱਛੋਂ ਉੱਚਾ ਉੱਚਾ ਹੀ ਆ ਤੂੰ ਮਾਸਟਰ ਨੇ। ਸਵਾਦ ਨਹੀਂ ਆ ਰਿਹਾ, 200 ਲੈਣਾ ਨਹੀਂ ਮਾਓ। ਦਿੰਦਾ ਕਿਉਂ ਨਹੀਂ 200? ਕੰਨ ਫੜੇ ਨੇ, 200 ਨਹੀਂ ਦਿੰਦਾ। ਤੈਨੂੰ
ਤੇ ਬਿਲਕੁਲ ਸਹੀ ਪਤਾ ਕੰਨ ਕੀ ਬੜੇ ਕੰਨ ਵੀ ਪੈਂਦੀ ਹੈ ਪਿੱਛੋਂ ਤੂੰ ਮਾਰਿਆ ਕੰਨ ਲਈ ਤੇਰਾ ਮੁੰਡਾ ਜਿੰਨਾ ਮਰਜ਼ੀ ਮਾਰੇ ਤੂੰ ਕੰਨ ਹੀ ਫੜਨੇ ਕੰਨ ਪਾ ਛੋੜੇ ਨਾ ਗਲਣ ਹਾਂ ਪਰਲੇ ਵੇਖ ਤਾਂ ਸਹੀ ਆ ਸੋਹਣਾ ਲੱਗ ਛੱਡ ਰੁਪਈਆ ਇਹਦੇ ਕੋ ਕਿੰਨਾ ਲੈਣਾ ਹੈ 200 ਆ ਆ ਆ 150 ਰਹਿ ਗਿਆ ਜੀ ਉਹ 150 ਰਹਿ ਨਹੀਂ ਗਿਆ ਟੋਟਲ ਹੋਇਆ ਹੀ 150 ਹੋਏ ਆਏ ਇਹ ਤੇਰੀ ਜਾਨ ਹੈ ਅੱਲਾ ਰਹਿਮ ਹੋਵੇ ਇਸ ਦਿਨ ਮੇਰਾ ਦਾਅ ਲੱਗ ਗਿਆ ਨਾ ਮੈਂ ਤੈਨੂੰ ਇਹਦੇ ਵਿੱਚੋਂ ਜਮਣਾ ਸੋਚ ਰਹੀ ਹੈ ਏਡਾ ਕਾਲਾ ਬੱਚਾ ਤੁਸੀਂ ਦੇਖੋ ਤੇ ਸਹੀ ਓਏ ਧੂਆਂ ਇਕੱਠਾ ਕਰਕੇ ਇੰਨਾ ਨਹੀਂ ਬੰਦਾ ਬਣਾ ਦਿੱਤਾ ਸਵੇਰੇ ਸਕੂਲੇ ਜਾਣਾ ਇਸ ਕੰਮ ਤੇ ਨਹੀਂ ਜਾਣਾ ਹੈਲੋ ਜੀ ਤੁਸੀਂ ਕਾਫੀ ਅੰਦਰ ਆ ਗਏ ਹੋ ਜੇ ਤੁਹਾਡਾ ਦਿਲ ਕਰ ਰਿਹਾ ਤੇ ਪਿਛਲੇ ਅੰਦਰ ਆ ਜਾਓ ਮਾਂ ਨਾ ਸਾਧ ਵਿੱਚ ਪਹਿਲਾਂ ਤੁਸੀਂ ਆਏ ਹੋ ਆ ਬਲਾ ਕਿਹੜਾ ਰੰਗ ਹੈ ਕਿਹੜਾ ਸ਼ਾਮ ਨੂੰ ਤੇਰਾ ਵਿਆਹ ਸ਼ਾਮ ਨੂੰ ਅੱਛਾ ਕਿਹਾ ਹਲਦੀ ਹਲਦੀ ਤੇਰਾ ਵਿਆਹ ਜਲਦੀ ਬਾ ਗੱਲ ਬਣ ਗਈ ਆ ਪਿੱਛੇ ਹੋ ਜਾ ਤੂੰ ਆ ਡਰ ਗਈ ਤੇਰੀ ਬੁੱਢੀ ਮਾਰ ਗਈ ਤੁਸੀਂ ਆਖੋ ਮਾਲਾ ਬਜਾ ਆਖੋ ਤੇ ਸਹੀ ਮਾਲਾ ਤੇਰਾ ਬੰਦਾ ਹੋਣਾ ਕੋਈ ਕਾਲਾ ਓਏ ਉਹ ਤੇਰਾ ਪੁੱਤਰ ਹੈ ਕਾਲਾ ਤੁਸੀਂ ਆਖੋ ਕਰਾਚੀ ਕਰਾਚੀ ਤੁਸੀਂ ਸਾਰੇ ਮਿਰਾਸੀ ਤੁਸੀਂ ਆਖੋ ਮਾਲਾ ਮਾਲਾ ਆ ਮੇਰਾ ਸਾਲਾ ਅਮਦ ਹੋ ਗਈ ਅਮਦ ਹੋਈ ਇੱਕ ਅਮਦ ਤੁਸੀਂ ਆਖੋ ਨੌਕਰ ਚਾਕਰ ਨੌਕਰ ਚਾਕਰ ਤੇਰਾ ਵੀ ਉਹ ਇਫਤਖਾਰ ਠਾਕਰ ਓਏ ਮੇਰੀ ਧੀ ਆ ਬੰਦੂਕ ਦੇ ਤੂੰ ਆ ਗੱਡਮ ਵੀ ਦਿਲ ਕਰ ਰਿਹਾ ਸੀ ਇੱਥੇ ਫੜਾਈ ਚੌਧਰੀ ਨੇ ਕੰਨ ਪਤੋ ਓਏ ਆਪੇ ਨੇ ਚੋਰੀ ਕੀਤੀ ਹੈ ਕਿਧਰੋਂ ਗੋਂਗਲੂ ਮੈਂ ਕੀਤੀ ਹੈ ਓਏ ਬਾਪ ਕੰਨ ਪਤੋ ਅੱਛਾ ਐਕਚੁਅਲੀ ਇਹਨਾਂ ਨੇ ਮਾਰੇ ਗੋਂਗਲੂ ਪੂਟੇ इन्होंने हमारे गोंगलू पूटे जब ये आपके गोंगलू पूट रहे थे जी जी तो आप इनको पाके वाटे मारते भाई सच छोड़ा सदके जा आज हमारे इन्होंने गोंगलू पूटे कल हमारे गन्ने पूटेंगे फिर इधर देख तो सी केडी सोनी उर्दू बोलती ये वजह कुड़ियां वाकई उर्दू बड़ी अच्छी बोलती हैं अनिला तुम्हें एक बात बताऊं आंटी दास आज हम सुबह सवेरे सैर करने गए बाग में इतने झूले थे मैंने इतनी घीसियां ली ਚੌਧਰੀ ਵੀ ਉਰਦੂ ਬੋਲਦਾ ਕਹਿੰਦਾ ਰਾਤ ਹਮ ਤਾਸ਼ ਖੇਲ ਰਹੇ ਥੇ ਮੇਰੇ ਪਾਸ ਤੀਨ ਬੇਗ ਨੇ ਔਰ ਉਸਕੇ ਪਾਸ ਤੀਨ ਯਾਕੇ ਥੇ ਚਲੋ ਐ ਤੇ ਹੋ ਗਈ ਨਾ ਕੁੜੀ ਇਹ ਜਿਹੀਆਂ ਔਰਤਾਂ ਸੁੱਤੀਆਂ ਉੱਠਣਗੀਆਂ ਜੂਸ ਮੰਗਣਗੀਆਂ ਜਾਂ ਪਾਣੀ ਮੰਗਣਗੀਆਂ ਜਾਂ ਚਾਏ ਇਹਨਾਂ ਦੀਆਂ ਮਾਵਾਂ ਭੈਣਾਂ ਸੁੱਤੀਆਂ ਉੱਠਦੀਆਂ ਗੱਲ ਇੱਕੋ ਕਰਦੀਆਂ ਓਕੇ ਤੁਸੀਂ ਯਾਦ ਕਰਨਾ ਕੱਲ ਦੁਬਾਰਾ ਇੰਜ ਹੀ ਸੁਣਨਾ ਮੈਂ ਤੁਹਾਡੇ ਕੋਲ ਅੱਛਾ ਜੀ ਛੱਡੋ ਕੰਨ ਅੱਛਾ ਜੀ ਕਿਉਂ ਫੜੇ ਨੇ ਕੰਨ ਤੁਸੀਂ ਆ 200 ਰੁਪਏ ਅੱਬੇ ਨੇ ਦੇਣੇ ਨੇ ਚੋਰੀ ਕੀਤੀ ਸੁਣਾ 200 ਰੁਪਏ ਦੀ ਕੰਨ ਫੜਾਉਂਦੇ ਨੇ ਜੀ ਐਡੇ ਜਵਾਨ ਬੰਦਿਆਂ ਦੇ ਹਾਂਜੀ ਮੈਂ ਤਾਂ ਦੇ ਦਈਆਂ 200 ਐਡੀ ਕਿਹੜੀ ਗੱਲ ਹੈ ਆ ਤੁਸੀਂ ਤਾਂ ਦੇ ਹੀ ਦੇਣਾ ਜੀ ਐ ਲੋ ਵਾ ਜੀ ਓਏ ਆਪਣੀ ਜ਼ਾਤੀ ਏਟੀਐਮ ਤੋਂ ਆਪਣੀ ਜ਼ਾਤੀ ਏਟੀਐਮ ਨੂੰ ਹਾਂ ਤੇ ਕਾਰਡ ਕਿੱਥੋਂ ਪੈਂਦਾ ਇਹ ਮੈਂ ਤੈਨੂੰ ਰਾਤੀ ਦੱਸਾਂ ਭੁੱਲ ਗਿਆ ਤੁਸੀਂ ਹੈ ਕੌਣ ਮੈਂ ਇੱਕ ਮੋਬਾਈਲ ਕੰਪਨੀ ਦੇ ਲੋ ਆਈ ਆ ਤੁਹਾਡੇ ਪਿੰਡ ਚ ਮੋਬਾਈਲ ਦਾ ਬੂਸਟਰ ਲਾਣਾ ਹੈ
ਮੋਬਾਈਲ ਐ ਟਰੈਕਟਰਾਂ ਵਿੱਚ ਨਹੀਂ ਜਿਹੜਾ ਪੈਂਦਾ ਉਹ ਵੇਚਦੀ ਹੂੰ। ਆ ਖੱਚ ਦੀ ਖੱਚ ਮੋਬਾਈਲ ਹੁੰਦਾ ਹੀ ਬਗੈਰ ਤਾਰ ਤੋਂ ਟੈਲੀਫੋਨ। ਸਾਰੀ ਜ਼ਲਾਲਤ ਅਸੀਂ ਜਾਣਨੇ ਆ। SMS ਫ੍ਰੀ ਹੈ, ਸਹੂਲਤਾਂ ਬੜੀਆਂ ਦਿੰਦੇ ਨੇ। ਮੈਂ ਕਹਿੰਦਾ ਜੀ ਰਾਤ 11 ਵਜੇ ਤੱਕ ਹੀ ਆਉਂਦੇ ਨੇ, ਕੱਪੀ ਆਉਂਦੇ ਨੇ ਬਸ। ਅਬ ਤੋ MMS ਵੀ ਫ੍ਰੀ ਹੈ ਪਤਾ ਹੈ। ਅੱਛਾ ਜੀ, ਕੀ ਦੇਖੋ ਇਹ ਹੁੰਦਾ ਮੋਬਾਈਲ ਫੋਨ ਬਗੈਰ ਤਾਰ ਕੇ। ਹਾਂ ਆਸਾ ਸੁਣਨਾ ਪਰਸੋਂ ਵੀ ਸਕਰੀਨ ਟੁੱਟ ਗਈ। ਹਾਂ ਇਹ ਹੁੰਦਾ ਮੋਬਾਈਲ ਫੋਨ, ਇਹ ਹੁੰਦਾ ਹੀ ਮੋਬਾਈਲ ਫੋਨ ਹੈ, ਬਟਨ ਨੇ। ਹਾਂ ਇਹ ਛੋਟੀ ਜਿਹੀ ਕਿਉਂ ਲਿਖਿਆ ਹੋਇਆ SMS ਲਈ ਹੁੰਦਾ ਹੈ। ਹਾਂ ਕਾਰੋਬਾਰੀ ਲੋਕ ਬਲਾ ਕਿਸ ਤਰ੍ਹਾਂ ਗੱਲਾਂ ਕਰਦੇ ਨੇ। ਕਿਸ ਤਰ੍ਹਾਂ ਉਹ ਮੈਂ ਤੈਨੂੰ ਆਖਿਆ ਸੀ 35 ਬੋਰੀਆਂ ਭੇਜ। ਹਾਂ 2.5 ਕਰੋੜ ਰੁਪਈਆ ਕਿਸ ਗੱਲ ਲਈ ਖੋਤੀ ਦੇ ਬੱਚੇ। ਅੱਜ ਮਾਲ ਨਾ ਨਾ ਆਇਆ ਤੇ ਵੇਖੀ ਫਿਰ ਐਂ ਬੋਲਦੇ ਨੇ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਵੇਂ ਫੋਨ ਕਰਦੇ ਨੇ। ਡਾਰਲਿੰਗ ਕੈਸੀ ਹੋ, ਰਾਤ 11 ਸੇ 12 ਇੱਕ ਘੰਟਾ ਫ੍ਰੀ ਹੈ। ਹਾਂ ਹਾਂ ਮੈਂ ਤੁਹਾਨੂੰ ਕਾਲ ਤੇ ਕੁੜੀਆਂ ਮੁੰਡਿਆਂ ਨੂੰ ਕਿਵੇਂ ਫੋਨ ਕਰਦੀ ਹੈ। ਕਿਆ ਬੈਟਰੀ ਡੈਡ ਹੋ ਗਈ? ਕੋਈ ਬਾਤ ਨਹੀਂ, ਅਭੀ ਚਾਰਜ ਹੋ ਜਾਏਗੀ। ਓ ਜੇ ਸੇ ਕੋ ਐ ਐ ਹਾਂ ਕੀ ਹੋਇਆ? ਮੇਰਾ ਖਿਆਲ ਫਟਣ ਦੀ ਤੇ ਲੱਗੋ ਹੈ। ਹੋ ਮੇਰਾ ਸੀ ਨਾ ਹੋਣ ਵਾਲੇ ਬੇਟ ਤੇ ਲਾਇਆ ਪਰਦਾ। ਹੋ ਇਸੇ ਵਿੱਚ ਫੋਨ ਆ ਰਿਹਾ ਸੀ। ਹਾਂਜੀ ਹਾਂਜੀ। ਅੱਛਾ ਜੀ, ਇਹ ਤੈਨੂੰ ਤੇ ਇਹ ਸਾਨੂੰ ਵੇਚੋਗੇ? ਨਹੀਂ ਵੇਚਾਂਗੀ ਨਹੀਂ, ਇਹਦਾ ਬੂਸਟਰ ਲਾਣਾ ਤੁਹਾਡੇ ਪਿੰਡ ਵਿੱਚ। ਗੱਲ ਹੈ ਵੇ ਕਿ ਜਿਹੜੀ ਜਗ੍ਹਾ ਸਾਨੂੰ ਚਾਹੀਦੀ ਹੈ ਨਾ ਉਹ ਤੁਹਾਡੇ ਘਰ ਦੀ ਇਸ ਦੀਵਾਰ ਦੇ ਨਾਲ ਆਉਂਦੀ, ਪਿਛਲੀ ਦੀਵਾਰ ਦੇ ਨਾਲ। ਅੱਛਾ ਛੋਟੀ ਹੈਗੀ ਜ਼ਰਾ, ਪਿਛਲੀ ਦੀਵਾਰ ਹੈ। ਆਓ ਮੈਂ ਤੁਹਾਨੂੰ ਵਿਖਾਵਾਂ। ਲੈਣ ਦੇ ਇਹ ਹੋ ਗਏ ਆਇ ਗਏ ਤੇ ਵਿਖਾ ਸਾਰੀਆਂ ਕੰਧਾਂ ਨੂੰ ਤੇ ਕੰਪਨੀ ਨੇ ਮੈਨੂੰ ਭੇਜਿਆ। ਜੀ ਜੀ ਗੱਲ ਸੁਣ ਲਓ ਮੇਰੀ ਗੌਰ ਨਾਲ। ਜੀ 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 ਕੰਪਨੀ ਨੇ ਮੈਨੂੰ ਭੇਜਿਆ ਤੁਹਾਡੇ ਨਾਲ ਡੀਲ ਕਰਨ ਲਈ। ਅੱਛਾ ਅੱਛਾ, ਤੇ ਡੀਲ ਮੈਂ ਕਰਨ ਆਈ ਆ। ਗੱਲ ਸੁਣੋ, ਪੈਸੇ ਸਾਡੇ ਥੋੜੇ ਨੇ, ਬਜਟ ਘੱਟ ਹੈ। ਅੱਛਾ, ਤੁਹਾਨੂੰ ਅਸੀਂ 2 ਕਰੋੜ ਪੇ ਕਰ ਸਕਦੇ ਹਾਂ ਇਸ ਜਗ੍ਹਾ ਦਾ। ਕੀ ਹੈ ਦੇਖੋ, ਇਨਕਾਰ ਨਾ ਕਰੋ, ਮੈਂ 2.5 ਕਰੋੜ ਕਰਾ ਲਾਂਗੀ। ਜੀ ਹਾਂਜੀ, ਕਿੰਨਾ? 2.5 ਕਰੋੜ। ਇੱਕ ਮਿੰਟ ਰਹਿਣਾ, ਮੈਂ ਬੇਹੋਸ਼ ਹੋ ਲਾਂ। ਅਗਰ ਤੁਸੀਂ ਇਨਕਾਰ ਕੀਤਾ ਨਾ ਤੇ ਮੇਰੀ ਨੌਕਰੀ ਚਲੀ ਜਾਏਗੀ। 3 ਕਰੋੜ ਵਿੱਚ ਡਨ ਕਰ ਲਓ ਬਸ। ਬਸ ਅੱਗੇ ਨਾ ਕੋਈ ਗੱਲ ਕਰਾਂ। 3 ਕਰੋੜ ਅੱਬਾ, 3 ਕਰੋੜ ਵਿੱਚ 50-50 ਵਾਲੇ ਕਿੰਨੇ ਨੋਟ ਹੁੰਦੇ ਨੇ ਅੱਬਾ? ਤੂੰ ਤਾਂ ਬਿਲਕੁਲ ਹੀ ਛੋਟੀ ਗੱਲ ਕਰ ਦਿੰਦਾ। ਕੀ ਓਏ, 100-100 ਦੇ ਨੋਟ ਹੁੰਦੇ ਨੇ, ਵਿੱਚ 25। ਅੱਛਾ, 3 ਕਰੋੜ ਇਸ ਫਾਈਨਲ? 3 ਕਰੋੜ ਇਸ ਫਾਈਨਲ? ਹਾਂ ਬਸ, ਹੁਣ ਕੋਈ ਗੱਲ ਨਾ ਕਰਨਾ। ਅੱਛਾ ਠੀਕ ਹੈ। ਨਾ ਕਰ, ਠੰਡੇ ਹੱਥ ਹੈਗੇ ਨੇ। ਮੁੱਕ ਗਈ ਮੇਰੇ ਨਾਲ ਨਾ ਮੇਰਾ ਅਫਸਰ ਆਇਆ, ਇੰਜੀਨੀਅਰ ਹੈ। ਅੱਛਾ ਜੀ, ਅਗਰ ਤੁਹਾਡੀ ਪਰਮਿਸ਼ਨ ਹੋਏ ਤਾਂ ਬੁਲਾਵਾ। ਬੁਲਾਓ ਬੁਲਾਓ। ਠੀਕ ਹੈ, ਪਹਿਲੇ ਨਕਦ ਕੋਈ ਦੇ ਦਿਓ ਥੋੜੇ ਬਹੁਤੇ। ਇੱਕ ਮਿੰਟ ਹੈ, ਆਪਾਂ ਮਰਨ ਲੱਗ ਪਉਂਦਾ। ਬੁਲਾ ਲਓ। ਹਾਂ ਹੈਲੋ ਜੀ ਸਰ, ਆਜੋ ਡੀਲ ਹੋ ਗਈ।